ਸੋ ਇਸ ਵੇਲੇ ਜੀ ਤਜਿੰਦਰ ਸਿੰਘ ਮੇਰੇ ਨਾਲ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਫੋਰ ਕੈਨੇਡਾ ਹੈ ਨਾ ਕੈਨੇਡਾ ਦੇ ਵਾਸਤੇ ਅਪਲਾਈ ਕੀਤਾ ਸੀ ਸੋ ਬਹੁਤ ਬਹੁਤ ਮੁਬਾਰਕਾਂ ਤਜਿੰਦਰ ਥੈਂਕ ਯੂ ਕਿੱਦਾਂ ਦਾ ਲੱਗ ਰਿਹਾ ਜੀ ਮੈਮ ਐਕਸਾਈਟਿਡ ਜਾਣ ਵਾਸਤੇ ਹਾਂਜੀ ਕੀ ਸੋਚਿਆ ਵੀ ਕਿੱਦਾਂ ਦਾ ਹੋਏਗਾ ਜਾਂ ਕੀ ਕਰਨਾ ਉੱਥੇ ਮੈਨੂੰ ਤਾਂ ਉਮੀਦ ਨਹੀਂ ਸੀ ਕਿ ਮੇਰਾ ਵੀਜ਼ਾ ਹੋਊਗਾ ਪਰ ਬਹੁਤ ਵਧੀਆ ਗਾਈਡ ਕੀਤਾ ਇਹਨਾਂ ਨੇ ਬਹੁਤ ਵਧੀਆ ਸਰਵਿਸਿਸ ਇਹਨਾਂ ਨੇ ਪ੍ਰੋਵਾਈਡ ਕੀਤੀ ਮੈਨੂੰ ਜਿਹਦੇ ਕਰਕੇ ਮੇਰਾ ਵੀਜ਼ਾ ਲੱਗ ਗਿਆ ਅਤੇ ਬਹੁਤ ਪ੍ਰਾਊਡ ਵੀ ਫੀਲ ਕਰਦਾ ਵੀ ਵੀਜ਼ਾ ਬਿਕੋਜ਼ ਸਾਰੇ ਫਰੈਂਡਸ ਮੇਰੇ ਕੈਨੇਡਾ ਹੀ ਸੀਗੇ ਅਤੇ ਮੈਂ ਮਿਸ ਵੀ ਕਰਦਾ ਸੀਗਾ ਇੱਥੇ ਜੀ ਵੀ ਨਹੀਂ ਲੱਗਦਾ ਸੀਗਾ ਅਤੇ ਇਸ ਕਰਕੇ ਕੈਨੇਡਾ ਜਾਣਾ ਬਹੁਤ ਡਿਪਲੋਮਾ ਮੈਂ ਪਲੱਸ ਟੂ ਪਾਸ ਹਾਂ ਮਾਰਕੀਟਿੰਗ ਸਪੈਸ਼ਲਾਈਜੇਸ਼ਨ ਬਿਜ਼ਨਸ ਡਿਪਲੋਮਾ ਪਲੱਸ 2 ਦੇ ਵਿੱਚ ਕਿੰਨੇ ਮਾਰਕਸ ਸੀਗੇ ਮੇਰੇ 55% 55% ਤੇ ਆਇਲਸ ਦੇ ਵਿੱਚ 6 ਓਵਰਆਲ 6 ਓਵਰਆਲ ਨਾਟ ਲੈਸ ਦੈਨ 5.5 ਨਾਟ ਲੈਸ ਦੈਨ ਯਾਨੀ 55 ਦੇ ਨਾਲ ਵੀ ਵੀਜ਼ਾ ਆ ਜਾਂਦਾ ਹੈ ਹਾਂਜੀ ਮੈਮ ਉਮੀਦ ਤਾਂ ਨਹੀਂ ਸੀਗੀ ਹੈ ਨਾ ਵੀ 55% ਹੈ ਯਾਰ ਦੇਖੀ ਜੇ ਉਹ ਅਪਲਾਈ ਕਰ ਦਿੰਦੇ ਆ ਗਿਆ ਤਾਂ ਵੀ ਠੀਕ ਹੈ ਬਟ ਬਹੁਤ ਖੁਸ਼ਕਿਸਮਤ ਹੁੰਦੇ ਨੇ ਜੀ ਸਾਡੇ ਉਹ ਸਾਰੇ ਸਟੂਡੈਂਟਸ ਜਿਹੜੇ ਇੱਕ ਉਮੀਦ ਦੇ ਨਾਲ ਅਪਲਾਈ ਕਰਦੇ ਨੇ ਅਤੇ ਤੁਹਾਡੀਆਂ ਉਮੀਦਾਂ ਦੇ ਉੱਤੇ ਜੀ ਹਮੇਸ਼ਾ ਤੋਂ ਹੀ ਖਰੇ ਉੱਤਰ ਰਹੇ ਨੇ ਆਪਣੇ 12 ਸਾਲ ਦੇ ਐਕਸਪੀਰੀਅੰਸ ਨੂੰ ਲੈ ਕੇ ਲੈਂਡਮਾਰਕ ਇਮੀਗ੍ਰੇਸ਼ਨ ਕੁਛ ਮੈਸੇਜ ਸਾਡੇ ਦਰਸ਼ਕਾਂ ਦੇ ਵਾਸਤੇ ਜੀ ਲੈਂਡਮਾਰਕ ਇਮੀਗ੍ਰੇਸ਼ਨ ਬੈਸਟ ਇਮੀਗ੍ਰੇਸ਼ਨ ਹੈ ਜੀ ਇੱਥੋਂ ਅਪਲਾਈ ਕਰਨਾ ਚਾਹੀਦਾ ਥੈਂਕ ਯੂ ਸੋ ਮਚ ਗੁੱਡ ਲੱਕ